ਮਹਿਤਾ ਸਾਹਿਬ, ਵੋਟ ਕਰਨ ਤੋਂ ਪਹਿਲਾਂ ਤੁਸੀਂ ਮੈਨੂੰ ਲੱਗਦਾ ਹਲਕੇ ਦੇ ਵਿੱਚ ਗੇੜਾ ਵੀ ਕੱਢਿਆ ਆਏ ਹੋ, ਕਿਸ ਤਰ੍ਹਾਂ ਦੀ ਤਸਵੀਰ ਦੇਖ ਰਹੇ ਹੋ? ਬਹੁਤ ਵਧੀਆ ਚੜ੍ਹਦੀ ਕਲਾ। ਮੇਰਾ ਖਿਆਲ ਹੈ ਕਿ ਜੇ ਮੇਰੇ ਚਿਹਰੇ 'ਤੇ ਤੁਹਾਨੂੰ ਲਾਲੀ ਦਿਖਦੀ ਹੈ ਨਾ, ਅਤੇ ਅੱਜ ਜਿੰਨੇ ਵਰਕਰ ਹੈ ਪਾਰਟੀ ਦੇ, ਹਰੇਕ ਪਿੰਡ ਜਾਓਗੇ ਤੁਹਾਨੂੰ ਉਹਨਾਂ ਦੇ ਮੂੰਹ 'ਤੇ ਲਾਲੀ ਦਿਸੂਗੀ। ਅਤੇ ਜਿੱਥੇ ਜਿੱਥੇ ਗਿਆ ਜਾਂ ਜਿਸ ਰੂਪ ਦੀਆਂ ਰਿਪੋਰਟਾਂ ਆ ਰਹੀਆਂ ਨੇ, ਫੋਨ ਆ ਰਹੇ ਨੇ, ਅਤੇ ਸਤਿਗੁਰੂ ਨੇ ਬੜੀ ਅਪਾਰ ਕਿਰਪਾ ਕੀਤੀ ਹੈ, ਉਹ ਸਭ ਤੋਂ ਪਹਿਲਾਂ ਤਾਂ ਉਹਦਾ ਸ਼ੁਕਰਾਨਾ ਹੈ ਕਿ ਕੇਵਲ ਅਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਨੂੰ ਤਾਂ ਮੈਨੂੰ ਹੀ, ਜਿਹੜੀਆਂ 4-5 ਪਾਰਟੀਆਂ ਸੀ ਜਾਂ ਉਮੀਦਵਾਰ ਸੀ ਮੇਨ, ਉਹਨਾਂ ਨੇ ਮੈਨੂੰ ਹੀ ਟਾਰਗੇਟ ਰੱਖਿਆ, ਕਿਸੇ ਹੋਰ ਦੇ ਵਿਰੁੱਧ ਗੱਲ ਹੀ ਨਹੀਂ ਕੀਤੀ, ਕਿਸੇ ਮੁੱਦੇ ਦੀ ਗੱਲ ਨਹੀਂ ਕੀਤੀ, ਕੇਵਲ ਅਤੇ ਕੇਵਲ ਵਿਰਸਾ ਸਿੰਘ ਵਲਟੋਹਾ ਹੀ ਚੱਲਦਾ ਰਿਹਾ। ਪਰ ਅੱਜ ਵਲਟੋਹਾ ਜਿਸ ਤਰ੍ਹਾਂ ਉਹ ਵਲਟੋਹਾ ਵਲਟੋਹਾ ਕਰਦੇ ਸੀ, ਅੱਜ ਫਿਰ ਉਹ ਮਸ਼ੀਨਾਂ ਦੇ ਉੱਤੇ ਵਲਟੋਹਾ ਵਲਟੋਹਾ ਹੋਣ ਡਈ ਹੈ। ਅੱਛਾ, ਤੁਸੀਂ ਆਪਦੇ ਹੁਣ ਪਿੰਡ ਆਏ ਹੋ ਅਤੇ ਪਿੰਡ ਦੇ ਵਿੱਚ ਕਰੀਬ ਕਰੀਬ ਮਾਹੌਲ ਠੀਕ ਹੁੰਦਾ, ਪਰ ਪਿੰਡ ਤੋਂ ਬਿਨਾਂ ਜਿਹੜੇ ਹੋਰ ਪਾਸੇ ਬੂਥਾਂ ਤੇ ਜਾ ਕੇ ਆਏ ਹੋ, ਉੱਥੋਂ ਦੀ ਸਥਿਤੀ ਕਿਵੇਂ ਤੇ ਪਿੰਡ ਦੀ ਸਥਿਤੀ ਦੇ ਵਿੱਚ ਕਿੰਨਾ ਫਰਕ? ਨਹੀਂ, ਪਿੰਡ ਦਾ ਤਾਂ ਚਲੋ ਸ਼ੁਰੂ ਤੋਂ ਹੀ ਮੇਰਾ ਇਹ ਰਿਹਾ ਹੈ, ਕਿਰਪਾ ਰਹੀ ਇਸ ਪਿੰਡ ਚੋਂ, ਸਾਡੇ ਸਤਿਗੁਰੂ ਦੀ ਕਿਰਪਾ, ਬਾਬਾ ਭਾਈ ਝੱਟ ਸਾਹਿਬ ਜੀ ਦਾ ਇੱਥੇ ਸਥਾਨ ਹੈ, ਬਾਬਾ ਕਾਲਾ ਮਾਰ ਜੀ ਦਾ ਹੈ, ਬਾਬਾ ਕਾਂਧਾ ਸਿੰਘ ਜੀ ਦਾ, ਬਾਬਾ ਨਾਰਾਇਣ ਜੀ ਦਾ ਆ। ਹਾਂਜੀ, ਬੜੀ ਉੱਥੋਂ ਉਹਨਾਂ ਦਾ ਜਿਹੜਾ ਹੱਥ ਹੈ ਸਿਰ 'ਤੇ ਰਹਿੰਦਾ ਹੈ ਇਸ ਨਗਰ ਦੇ ਉੱਤੇ। ਪਰ ਗੱਲ ਤਾਂ ਹੈਗੀ ਪਿੰਡਾਂ ਦੀ, ਦੂਸਰੇ ਪਿੰਡਾਂ ਦੀ, ਪਰ ਮੈਂ ਜਿਹਨੂੰ ਫੋਨ ਕਰਦਾ ਜਾਂ ਜਿਹਦਾ ਫੋਨ ਆਉਂਦਾ ਬੜਕ ਮਾਰਦਾ। ਅੱਛਾ, ਅੰਮ੍ਰਿਤਪਾਲ ਸਿੰਘ ਹੋਣੀ ਆਜ਼ਾਦ ਉਮੀਦਵਾਰ ਨੇ, ਹਾਲਾਂਕਿ ਦੇਖੋ ਚੋਣ ਮੈਦਾਨ ਦੇ ਵਿੱਚ ਇਸ ਵਾਰ ਮੁਕਾਬਲਾ ਅਲੱਗ ਤਰ੍ਹਾਂ ਦਾ, ਆਮ ਆਦਮੀ ਪਾਰਟੀ ਸੱਤਾ 'ਤੇ ਹੈ, ਕਾਂਗਰਸ ਹੈ, ਬੀਜੇਪੀ ਹੈ, ਅੰਮ੍ਰਿਤਪਾਲ ਸਿੰਘ ਹੋਣੀ ਹੈ। ਅੰਮ੍ਰਿਤਪਾਲ ਸਿੰਘ ਹੋਣੀ ਪੰਥਕ ਨਾਮ 'ਤੇ ਜਿਹੜਾ ਹੈਗਾ ਦਾਅਵਾ ਕੀਤਾ ਜਾ ਰਿਹਾ ਕਿ ਵੋਟ ਲੈ ਰਹੇ ਨੇ, ਅਕਾਲੀ ਦਲ ਵੀ ਪੰਥਕ ਆਉਂਦਾ, ਤਾਂ ਤੁਹਾਨੂੰ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਤੁਹਾਡੀ ਵੋਟ ਕਿਤੇ ਡਿਵਾਈਡ ਨਾ ਹੋਵੇ? ਪੰਥਕ ਕੌਣ ਕਹਾਉਂਦਾ ਕੌਣ ਨਹੀਂ ਕਹਾਉਂਦਾ, ਪਰ ਮੈਨੂੰ ਪੰਥਕ ਹੋਣ 'ਤੇ ਮਾਣ ਹੈ। ਮੋਟੀ ਜਿਹੀ ਗੱਲ ਹੈ, ਜੇ ਸਾਡੇ ਤੋਂ ਵੱਡਾ ਕੋਈ ਪੰਥਕ ਹੈਗਾ ਆ, ਆਣ ਕੇ ਜਦੋਂ ਮਰਜ਼ੀ, ਹੁਣ ਤਾਂ ਵੋਟਾਂ ਵੀ ਪੈ ਗਈਆਂ, ਹੁਣ ਹੀ ਆਣ ਕੇ ਡਿਬੇਟ ਕਰ ਲਿਆ ਜੇ। ਬਥੇਰੇ ਸੱਦੇ ਦਿੱਤੇ ਤੁਹਾਨੂੰ, ਪਿਆਰ ਨਾਲ ਵੀ ਦਿੱਤੇ, ਬੇਨਤੀ ਰੂਪ 'ਚ ਦਿੱਤੇ ਆ। ਹਾਂਜੀ, ਉਹ ਤਾਂ ਤੁਹਾਨੂੰ ਪ੍ਰਵਾਨ ਨਹੀਂ ਕੀਤੇ, ਹੁਣ ਹੀ ਆ ਜਾ, ਲੱਗ ਜੂ ਪਤਾ ਕਿ ਕਿਹੜਾ ਪੰਥਕ ਹੈ। ਕੱਲ੍ਹ ਬੀਬੀ ਵਿਚਾਰੀ ਚਰਨਜੀਤ ਕੌਰ ਨੇ, ਉਹਦੀ ਅਵਤਾਰ ਸਿੰਘ ਖੰਡੇ ਦੀ ਮਾਤਾ ਨੇ ਚੀਕਾਂ ਮਾਰੀਆਂ ਹੀ ਹਨ, ਦਰਦ ਰੋਇਆ ਹੀ ਹੈ ਨਾ। ਹਾਂਜੀ, ਜਿਸ ਦਰਦ ਨੂੰ ਉਹਨੇ ਬਿਆਨ ਕੀਤਾ ਹੈ, ਹਾਂਜੀ, ਇਹ ਇੱਕ ਦੀ ਪੰਥਕਾਂ 'ਤੇ ਕਦੀ ਇਹੋ ਜਿਹੇ ਦੋਸ਼ ਲੱਗਦੇ ਦੇਖੇ ਜੀ? ਅੱਛਾ, ਕੀ ਲੱਗਦਾ ਮੁਕਾਬਲਾ ਇੱਥੇ ਤੁਹਾਨੂੰ ਕੀ ਲੱਗਦਾ, ਕਿਹਦੇ ਕਿਹਦੇ 'ਚ ਮੁਕਾਬਲਾ ਰਹਿਣ ਵਾਲਾ, ਕਿਉਂਕਿ ਦਾਅਵਾ ਤਾਂ ਬੇਸ਼ੱਕ ਸਾਰੇ ਕਰਦੇ ਆ, ਪਰ ਕੀ ਲੱਗਦਾ ਫਿਰ ਵੀ ਕਿ ਮੁਕਾਬਲਾ ਤੁਸੀਂ ਜੇ ਮੰਨ ਕੇ ਚੱਲੋ ਤੁਹਾਡੇ ਨਾਲ ਕਿਹਦਾ ਮੁਕਾਬਲਾ ਹੋ ਸਕਦਾ? ਨਹੀਂ, ਮੈਂ ਦੇਖੋ ਜੇ ਅੱਜ ਮੋਟੇ ਜਿਹੇ ਰੂਪ 'ਚ ਗੱਲ ਕਰਾਂ ਨਾ, ਜਿਹੜੀ ਤਸਵੀਰ ਉੱਭਰ ਕੇ ਸਾਹਮਣੇ ਆ ਰਹੀ ਹੈ ਜਾਂ ਪਹਿਲਾਂ ਵੀ ਮਹਿਸੂਸ ਹੁੰਦਾ ਸੀਗਾ, ਉਹ ਮੋਟੇ ਜਿਹੇ ਰੂਪ 'ਚ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਆ ਦੂਜੇ ਨੰਬਰ 'ਤੇ ਆਊਗੀ, ਤੀਜੇ 'ਤੇ ਸ਼ਾਇਦ ਕਾਂਗਰਸ ਵੀ ਆ ਸਕਦੀ ਹੈ, ਜਾਂ ਤੀਜੇ 'ਤੇ ਕੋਈ ਦੂਸਰਾ ਸੱਜਣ ਵੀ ਆ ਸਕਦਾ ਹੈ। ਪਰ ਮੋਟੀ ਜਿਹੀ ਗੱਲ ਹੈ ਕਿ ਇੱਕ ਨੰਬਰ 'ਤੇ ਸ਼੍ਰੋਮਣੀ ਅਕਾਲੀ ਦਲ, ਮੈਂ ਕਦੀ ਦਾਅਵਾ ਨਹੀਂ ਕੀਤਾ, ਪਰ ਮੈਂ ਅੱਜ ਦਾਅਵਾ ਕਰਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਨੰਬਰ 'ਤੇ ਆਊਗਾ ਖਡੂਰ ਸਾਹਿਬ ਵੜ ਕੇ। ਅੰਮ੍ਰਿਤਪਾਲ ਕਿਹੜੇ ਨੰਬਰ 'ਤੇ ਦੇਖਦੇ ਹੋ? ਨਹੀਂ, ਉਹ ਮੈਂ ਤੀਜੇ ਜਾਂ ਚੌਥੇ 'ਤੇ, ਹਾਂ ਉਹ ਰਿਐਲਿਟੀ, ਕਈ ਥਾਈਂ ਤਾਂ ਬੂਥ ਨਹੀਂ ਲੱਗੇ ਜੀ, ਕਈ ਥਾਈਂ ਬੂਥ ਨਹੀਂ ਲੱਗੇ, ਇਹ ਰਿਐਲਿਟੀ ਹੈ। ਪੰਜਾਬ ਦੇ ਵਿੱਚ ਅਕਾਲੀ ਦਲ ਦੀ ਕੀ ਪੋਜੀਸ਼ਨ ਰਹੇਗੀ, ਕਿਉਂਕਿ ਵਿਰੋਧੀ ਤਾਂ ਬੜਾ ਕੁਝ ਕਹਿ ਰਹੇ, ਵਿਰੋਧੀ ਕਹਿ ਰਹੇ ਕਿ ਐਤਕੀ ਹਾਲਾਤ ਬੜੇ ਨਾਜ਼ੁਕ ਨੇ, ਕੀ ਲੱਗਦਾ ਅਕਾਲੀ ਦਲ ਦੀ ਕੀ ਸਥਿਤੀ ਰਹੇਗੀ ਪੰਜਾਬ ਦੇ ਵਿੱਚ? ਮੈਨੂੰ ਤਾਂ ਭਾਊ ਆਪਦੀ ਘਰ ਦੀ ਤਾਂ ਨਹੀਂ ਪਤਾ ਲੱਗਦਾ ਕੀ ਖਾਂਦੀ ਕੀ ਪਕਾਉਂਦੀ ਹੈ, ਜਿੰਨਾ ਦਿਨ ਇਲੈਕਸ਼ਨ ਚੱਲੀ ਮਹੀਨਾ ਭਰ, ਮੈਨੂੰ ਤਾਂ ਇਹ ਪਤਾ ਹੀ ਵੀ ਖਡੂਰ ਸਾਹਿਬ 'ਚ ਜਿਸ ਤਰੀਕੇ ਨਾਲ ਮੈਂ ਇਲੈਕਸ਼ਨ ਲੜੀ ਹੈ, ਜਿਸ ਤਰੀਕੇ ਨਾਲ ਮੈਂ ਮੈਨੇਜ ਕੀਤਾ ਆ, ਇੱਥੇ ਬੜਿਆਂ ਬੜਿਆਂ ਦੀਆਂ ਧੌਣਾ ਲਾਉਣੀਆਂ ਪਈਆਂ, ਸਮਝ ਗਿਆ ਜੇ ਨਾ? ਹਾਂਜੀ, ਅਤੇ ਉਹ ਲਾਉਣੀਆਂ ਇਸ ਕਰਕੇ ਪਈਆਂ ਵੀ ਪਾਰਟੀ, ਮੈਂ ਪਾਰਟੀ ਦਾ ਧੰਨਵਾਦੀ ਹਾਂ, ਲੀਡਰਸ਼ਿਪ ਦਾ ਧੰਨਵਾਦੀ ਹਾਂ, ਸਰ ਸੁਖਬੀਰ ਸਿੰਘ ਬਾਦਲ ਦਾ ਧੰਨਵਾਦੀ ਹਾਂ ਕਿ ਉਹ ਇੱਕ ਵਰਕਰ ਨਾਲ ਖੜੋਤੇ
ਪਾਰਟੀ ਨਾਲ ਖੜੋਤੇ ਮਾਂ ਪਾਰਟੀ ਨਾਲ ਖੜੋਤੇ ਤੋਂ ਵਾਕਿਆ ਉਹਨਾਂ ਨੇ ਜ਼ਿੰਮੇਵਾਰੀ ਨਿਭਾਈ ਤਾਂ ਮਤਲਬ ਮੈਨੂੰ ਪੱਟੀ ਚੁੰਮੀ ਪੱਟੀ ਹਲਕਾ ਹੈ ਨਾ ਜਿੱਥੇ ਕਹਿੰਦੇ ਬੂਥ ਨਹੀਂ ਲੱਗਣ ਦੇਣਾ ਤੁਹਾਡੇ ਕਰਕੇ ਕਹਿੰਦੇ ਜੀਜਾ ਵੀ ਪਾਰਟੀ ਚੋਂ ਕਹਿੰਦੇ ਬਾਹਰ ਕਰ ਦਿੱਤਾ ਗਿਆ ਜੀਜਾ ਦੇਖੋ 28 ਸਾਲ ਹੋ ਗਏ ਨਪਿੰਦਰ ਕਦੀ ਪੁੱਛ ਕੇ ਦੇਖ ਲਿਆ ਵਿਆਹ ਚ ਗੁੱਸੇ ਹੋ ਜਾਏ ਤਾਂ ਉਹਦਾ ਹੀ ਬੜਾ ਵੱਡਾ ਪੰਗਾ ਪੈ ਜਾਂਦਾ ਤੇ ਤਾਂ ਪਾਰਟੀ ਚ ਹੀ ਬਾਹਰ ਹੋ ਗਿਆ ਮੈਂ ਬੇਨਤੀ ਕਰਾਂ ਚਲੋ ਮੈਂ ਕਿਸੇ ਤਰ੍ਹਾਂ ਦਾ ਕਮੈਂਟ ਨਹੀਂ ਕਰਨਾ ਚਾਹੁੰਦਾ ਸਰਦਾਰ ਦੇਸ਼ ਪ੍ਰਤਾਪ ਸਿੰਘ ਨੂੰ ਕਹਿ ਦਿਆ ਜੇ ਕਿ ਸ਼੍ਰੋਮਣੀ ਅਕਾਲੀ ਦਲ ਕਹਿ ਕੇ ਦਿਖਾ ਦੇ ਪੂਰਾ ਨਾਂ ਹੀ ਲੈ ਦੇ ਹਾਂਜੀ ਉਹਨੂੰ ਨਾਂ ਹੀ ਨਹੀਂ ਲੈਣਾ ਆਉਂਦਾ ਸ਼੍ਰੋਮਣੀ ਅਕਾਲੀ ਦਲ ਦਾ ਹਾਂਜੀ ਹੋਰ ਤਾਂ ਕਿੱਧਰੇ ਰਿਹਾ ਨਾ ਉਹਨੇ 28 ਸਾਲਾਂ 'ਚ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਲਿਆ ਨਾ ਉਹਨੇ ਸਭ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਲਿਆ ਕਹਿਰੋਂ ਪਰਿਵਾਰ ਕਹਿਰੋਂ ਪਰਿਵਾਰ ਕਹਿਰੋਂ ਪਰਿਵਾਰ ਕਹਿਰੋਂ ਪਰਿਵਾਰ ਦੀ ਕੁਰਸੀ ਦਾ ਆਨੰਦ ਤਾਂ ਮਿਲਿਆ ਮੰਤਰੀ ਬਣੇ ਹੋ ਮੈਂ ਕਹਿੰਦਾ ਜੀ ਉਹਨਾਂ ਨੂੰ ਸਦਾ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਰੱਖ ਕੇ ਪੂਜਾ ਕਰਨੀ ਚਾਹੀਦੀ ਸੀ ਦਿਨੇ ਉੱਠ ਕੇ ਸਾਰੇ ਟੱਬਰ ਨੂੰ ਜਿਨ੍ਹਾਂ ਦੀ ਬਦੌਲਤ 4 ਵਾਰ MLA ਬਣੇ ਤੇ 3 ਵਾਰ ਮੰਤਰੀ ਬਣੇ ਹਾਂਜੀ ਤੇ ਪਾਰਟੀ ਦੇ ਨਾਲ ਦਗਾ ਕੀਤਾ ਅੱਜ ਪਾਰਟੀ ਦੇ ਜਿਨ੍ਹਾਂ ਕਹਿੰਦੇ ਸੀ ਵੀ ਬੜਾ ਦਬਾਅ ਬਣਾਇਆ ਬੜਾ ਡਰਾਇਆ ਵਰਕਰਾਂ ਨੂੰ ਹਾਂ ਦਹਿਸ਼ਤ ਪੈਦਾ ਕਰ ਛੱਡੀ ਮੈਂ ਤਾਂ 1 ਤਰੀਕ ਤੋਂ ਬਾਅਦ ਫੇਰ ਆ ਜਾਣਾ ਜੀ ਹਾਂਜੀ ਆਇਆ ਲਓ ਮੈਂ ਵਰਕ ਕੁਦਰਤੀ ਡਰਦਾ ਕਿ ਯਾਰ ਇਹ ਜੇ ਆ ਗਿਆ ਤਾਂ ਭੌਂ ਕੇ ਫਿਰ ਬਣੂਗਾ ਤਾਂ ਮੈਂ ਠੋਕ ਕੇ ਕਿਹਾ ਕਿ ਤੇਰੇ ਦਰਵਾਜੇ ਬੰਦ ਹੀ ਬਾਕੀ ਜੋ ਮਰਜ਼ੀ ਹੋ ਜੇ ਕੇਂਦਰ ਚ ਕੀ ਦੇਖਦੇ ਹੋ ਬੀਜੇਪੀ ਦੀ ਹਾਲਤ ਕੀ ਦੇਖਦੇ ਹੋ ਤੇ ਇਧਰ ਇੰਡੀਆ ਗੱਠਜੋੜ ਆ ਜਿਹੜਾ ਦੇਖੋ ਸਾਡੀ ਵੱਲੋਂ ਬੀਜੇਪੀ ਆ ਜੇ ਸਾਡੇ ਵੱਲੋਂ ਕਾਂਗਰਸ ਆ ਜੇ ਅਸੀਂ ਤਾਂ ਦੋਨਾਂ ਨੂੰ ਹੁਣ ਉਸ ਕਟਹਿਰੇ ਚ ਰੱਖਿਆ ਜਿਹੜੇ ਪੰਜਾਬ ਦੇ ਤੇ ਕਾਂਗਰਸ ਦੇ ਦੁਸ਼ਮਣ ਹੈ ਕਾਂਗਰਸ ਤੇ ਹੈਗੀ ਸੀ ਭਾਰਤੀ ਜਨਤਾ ਪਾਰਟੀ ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜ ਕੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਤੀ ਹਜ਼ੂਰ ਸਾਹਿਬ ਤੇ ਪਟਨਾ ਸਾਹਿਬ ਬੋਰਡ ਤੇ ਕਬਜ਼ਾ ਕਰ ਲਿਆ ਦਿੱਲੀ ਤੇ ਕਬਜ਼ਾ ਕਰ ਲਿਆ ਹਾਂਜੀ ਫਿਰ ਅਗਲੀ ਤੁਸੀਂ ਦੇਖੋ ਜਿਹੜੀ ਸਭ ਤੋਂ ਵੱਡੀ ਗੱਲ ਜੋ ਕਿਸਾਨਾਂ ਦੇ ਨਾਲ ਕੀਤਾ ਆ ਔਰ ਪਹਿਲੋਂ ਵਾਅਦਾ ਕਰਕੇ ਮੁਕਰ ਗਏ ਗੱਲਬਾਤ ਕਰਕੇ ਫਿਰ ਖਨੌਰੀ ਤੇ ਸ਼ੰਭੂ ਬਾਰਡਰ ਦੇ ਉੱਤੇ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਨਾਲ ਵਿਹਾਰ ਕੀਤਾ ਗਿਆ ਉਹ ਤਾਂ ਕੁਦਰਤੀ ਗਟਹਿਰੇ ਚ ਨੇ ਸਾਡੀ ਅਕਾਲੀ ਅਕਾਲੀ ਦਲ ਦਾ ਫਿਰ ਕੀ ਸਟੈਂਡ ਰਹੇਗਾ ਜੇ ਮੰਨ ਲਓ ਸਰਕਾਰ ਬਣਨ ਦੇ ਹਾਲਾਤ ਆਉਂਦੇ ਨੇ ਤੁਹਾਡੀਆਂ ਸੀਟਾਂ ਆ ਜਾਂਦੀਆਂ ਨੇ ਉੱਥੇ ਸਥਿਤੀ ਪੇਚਾ ਫਸ ਜਾਂਦਾ ਤਾਂ ਅਕਾਲੀ ਦਲ ਦਾ ਕੀ ਸਟੈਂਡ ਹੋਏਗਾ ਦੇਖੋ ਅਕਾਲੀ ਦਲ ਨੇ ਕਿਸੇ ਪਾਸੇ ਤਾਂ ਜਾਓਗੇ ਅਕਾਲੀ ਦਲ ਨੇ ਫੈਸਲਾ ਕੀਤਾ ਕਿ ਜਦ ਤੱਕ ਅਸੀਂ ਕਦੀ ਕੇਂਦਰ ਦੀ ਸੱਤਾ ਦਾ ਹਿੱਸੇਦਾਰ ਨਹੀਂ ਸੀ ਬਣੇ ਤੇ ਅਕਾਲੀ ਦਲ ਮਜ਼ਬੂਤ ਸੀਗਾ ਕਿਉਂਕਿ ਅਸੀਂ ਕੇਂਦਰ ਨਾਲ ਲੜਨ ਵਾਲੇ ਹਾਂ ਇੱਕ ਡਾਉਣ ਵਾਲੇ ਹਾਂ ਪਰ ਜਦੋਂ ਸੱਤਾ ਦਾ ਹਿੱਸਾ ਬਣੇ ਤੇ ਅਕਾਲੀ ਦਲ ਵੀ ਕਮਜ਼ੋਰ ਹੋਇਆ ਪੰਜਾਬ ਵੀ ਕਮਜ਼ੋਰ ਹੋਇਆ ਪੰਥ ਤੇ ਵੀ ਹਮਲੇ ਹੋਏ ਹਾਂਜੀ ਹੁਣ ਹਿਕੜਾ ਕੇ ਲੜਾਂਗੇ ਜਿਸ ਤਰ੍ਹਾਂ ਸਾਡੇ ਵਡੇਰੇ ਲੜਦੇ ਸੀ ਹਾਂਜੀ ਹੁਣ ਕਿਸੇ ਸੱਤਾ ਦਾ ਕੇਂਦਰ ਦੇ ਵਿੱਚ ਹਿੱਸਾ ਨਹੀਂ ਬਣਾਂਗੇ ਸਪਸ਼ਟ ਜਾਂ ਬੜਾ ਵੱਡਾ ਬਿਆਨ ਤੁਸੀਂ ਦੇ ਰਹੇ ਹੋ ਕਿ ਕੇਂਦਰ 'ਚ ਕੋਈ ਵੀ ਸੱਤਾ ਆਉਂਦੀ ਤੁਸੀਂ ਉਹਦਾ ਹਿੱਸਾ ਨਹੀਂ ਹੋਵੋਗੇ ਨਹੀਂ ਬਣਾਂਗੇ ਜੀ ਨਹੀਂ ਬਣਾਂਗੇ ਲੜਾਈ ਲੜਾਂਗੇ ਕੋਈ ਆ ਜੇ ਵਿਰਸਾ ਸਿੰਘ ਬਟੋਆ ਹੋਣੀ ਉਹਨਾਂ ਧਰਮ ਪਤਨੀ ਨਾਲ ਨੇ ਕਿਵੇਂ ਦੇਖਦੇ ਹੋ ਜੀ ਨਾਲ ਗੇੜਾ ਗੁੜਾ ਤੁਸੀਂ ਵੀ ਕੱਢ ਕੇ ਆਏ ਹੋ ਇਹਨਾਂ ਦੇ ਹੁਣ ਕਈ ਬੂਥਾਂ ਤੇ ਜਾ ਕੇ ਆਏ ਨੇ ਬਹੁਤ ਵਧੀਆ ਜਵਾਬ ਮਿਲ ਲਿਆ ਸਾਰਿਆਂ ਵੱਲੋਂ ਬਹੁਤ ਵਧੀਆ ਰਿਸਪੌਂਸ ਹੈ ਬਟੋਆ ਸਾਹਿਬ ਕਹਿੰਦੇ ਕਿ ਅਕਾਲੀ ਦਲ ਕੇਂਦਰ ਦੇ ਵਿੱਚ ਜਿਹੜੀ ਵੀ ਸੱਤਾ ਆਉਂਦੀ ਉਹਦਾ ਹਿੱਸਾ ਨਹੀਂ ਬਣੇਗਾ ਤਾਂ ਕੋਈ ਗੱਲਬਾਤ ਹੁੰਦੀ ਹੈ ਤੁਸੀਂ ਉਹਨਾਂ ਦੀ ਗੱਲ ਸੁਣ ਕੇ ਲੱਗਿਆ ਨਹੀਂ ਕਿ ਜੇ ਕੇਂਦਰ 'ਚ ਸਰਕਾਰ ਬਣਦੀ ਹੋਵੇ ਤਾਂ ਸਰਕਾਰ ਦਾ ਹਿੱਸੇਦਾਰ ਤਾਂ ਬਣਨਾ ਚਾਹੀਦਾ ਸੀ ਨਹੀਂ ਜੋ ਕਿਹਾ ਬਟੋਆ ਸਾਹਿਬ ਨੇ ਠੀਕ ਹੀ ਕਿਹਾ ਵਧੀਆ